ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਤਹਿਸੀਲ ਸ਼ਾਹਕੋਟ ਵਿਖੇ ਸਕੂਲ ਦੇ ਟਰਸਟੀ ਸ਼੍ਰੀ ਰਾਮ ਮੂਰਤੀ, ਪ੍ਰਿੰਸੀਪਲ ਸ਼੍ਰੀਮਤੀ ਵੰਦਨਾ ਤਵਨ, ਜਨਰਲ ਮੈਨੇਜਰ ਇਜੇ ਦੱਤ ਅਤੇ ਐਡਮਿਨ ਅਫਸਰ ਸਰਦਾਰ ਤੇਜਪਾਲ ਸਿੰਘ ਦੀ ਅਗਵਾਈ ਹੇਠ ਪੰਜਾਬੀ ਵਿਰਸੇ ਤੇ ਆਧਾਰਿਤ ਸਲਾਨਾ ਮੇਲਾ 2019 ਦੇ ਸੰਬੰਧ ਵਿਚ ਇਕ ਪ੍ਰੈਸ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਹੋਇਆਂ ਪ੍ਰਿੰਸੀਪਲ ਮੈਡਮ ਵੰਦਨਾ ਤਵਨ ਨੇ ਦੱਸਿਆ ਕਿ ਸਾਰੇ ਸ਼ਾਹਕੋਟ ਨਿਵਾਸੀਆਂ ਨੂੰ ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵੱਲੋਂ ਸਤਿ ਸ਼੍ਰੀ ਅਕਾਲ। ਅਤੇ ਅਸੀਂ ਤੁਹਾਡੇ ਨਾਲ ਇੱਕ ਜਿਹੜੀ ਨਿਊਜ਼ ਸ਼ੇਅਰ ਕਰਨਾ ਚਾਹੁੰਦੇ ਹਾਂ ਕਿ ਸਾਡੇ ਸਕੂਲ ਦੇ ਵਿੱਚ 22 ਦਸੰਬਰ 2019 ਨੂੰ ਇੱਕ ਮੇਲਾ ਅਸੀਂ ਆਯੋਜਿਤ ਕੀਤਾ ਹੈ, ਜਿਹਦੇ ਵਿੱਚ ਵੱਡੇ ਪੱਧਰ 'ਤੇ ਲੋਕ ਇੱਥੇ ਇਕੱਠੇ ਹੋਣਗੇ ਅਤੇ ਫੇਮਸ ਸਿੰਗਰਸ ਜਿਹੜੇ ਉਹਦੇ ਵਿੱਚ ਆਪਣੀ ਗਾਇਕੀ ਦਾ ਰੰਗ ਜਮਾਉਣਗੇ। ਨਾਲ ਹੀ ਬੇਬੀ ਸ਼ੋਅ ਵੀ ਇੱਕ ਰੱਖਿਆ ਗਿਆ ਜਿਹਦੇ ਵਿੱਚ ਕਿਸੇ ਵੀ ਏਰੀਆ ਦੇ ਜਿਹੜੇ ਲੋਕ ਆ ਉਹ ਪਾਰਟੀਸਪੇਟ ਕਰਾ ਸਕਦੇ ਆਪਣੇ ਬੱਚਿਆਂ ਨੂੰ। ਜ਼ਰੂਰੀ ਨਹੀਂ ਕਿ ਉਹ ਬੱਚਾ ਸਾਡੇ ਸਕੂਲ 'ਚ ਪੜ੍ਹਦਾ ਹੋਏ, ਇਹ ਬਾਹਰਲੇ ਬੱਚੇ ਵੀ ਇਹਦੇ ਵਿੱਚ ਪਾਰਟ ਲੈ ਸਕਦੇ ਆ। ਨਾਲ ਹੀ ਇਹਦੇ ਵਿੱਚ ਡਿਫਰੈਂਟ ਤਰ੍ਹਾਂ ਦੇ ਖਾਣ ਪੀਣ ਦਾ ਇੰਤਜ਼ਾਮ ਹੈਗਾ ਆ, ਗੇਮਸ ਹੈਗੀਆਂ ਬੱਚਿਆਂ ਨੂੰ ਖੇਡਣ ਲਈ, ਅਤੇ ਝੂਲੇ ਵੀ ਲਗਾਏ ਜਾਣਗੇ। ਨਾਲ ਹੀ ਪੇਂਟਿੰਗ ਕੰਪੀਟੀਸ਼ਨ ਵੀ ਰੱਖਿਆ ਗਿਆ ਜਿਹਦੇ ਵਿੱਚ ਛੋਟੇ ਨਰਸਰੀ ਕਲਾਸ ਤੋਂ ਲੈ ਕੇ 11th-12th ਤੱਕ ਦੇ ਬੱਚੇ ਅਤੇ ਪੇਰੈਂਟਸ ਵੀ ਉਹਦੇ ਵਿੱਚ ਪਾਰਟ ਲੈ ਸਕਦੇ ਆ। ਔਰ ਸਭ ਲਈ ਬਹੁਤ ਵਧੀਆ ਇੰਤਜ਼ਾਮ ਕੀਤੇ ਜਾ ਰਹੇ ਆ ਅਤੇ ਮੈਂ ਖੁੱਲ੍ਹਾ ਸੱਦਾ ਦਿੰਦੀ ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਕਿ ਆਓ ਅਤੇ ਸਾਡੇ ਨਾਲ ਆ ਕੇ ਇਸ ਮੇਲੇ ਦਾ ਮਜ਼ਾ ਲਓ। ਧੰਨਵਾਦ।